ਆਮ ਆਦਮੀ ਪਾਰਟੀ ਤੋਂ ਜਸਵਿੰਦਰ ਬਿਲੰਗ ਤੇ ਸਾਨੂੰ ਕਈ ਦਿਨਾਂ ਤੋਂ ਸਾਨੂੰ ਛੂਹ ਮਿਲ ਰਹੀ ਸੀਗੀ। ਲੋਕ ਦੱਸ ਰਹੇ ਸੀਗੇ, ਕਹਿੰਦੇ ਵੀ ਇੱਥੇ ਇੱਥੇ ਅੱਡੇ ਦੇ ਵਿੱਚ ਜੋ ਕੁਛ ਹੋ ਰਿਹਾ ਚੱਲ ਰਿਹਾ। ਅਸੀਂ ਅੱਜ ਰੇਟ ਮਾਰੀ ਆ ਕਿਉਂਕਿ ਵੀ ਆ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਵੀ ਇੱਥੇ ਸੁਬਹਾ ਜਿਹੜਾ ਤੇਲ ਨਿਕਲ ਰਿਹਾ ਆਹ ਬਾਈ ਅਸੀਂ ਫੜੇ ਨੇ। ਬਾਈ ਆਪਣਾ ਨਾਂ ਦੱਸੋ। ਆਹ ਪੈਪ ਆ ਹੁਣ ਪਾਇਆ ਹੋਇਆ ਹਾਂ, ਆਹ ਦੇਖੋ ਤੇ ਆਹ ਟੈਂਕੀ ਕੈਨੀਆਂ ਆਹ ਦੇਖੋ ਆਹ ਤੇਲ ਹਾਲੇ ਵੀ ਨਿਕਲ ਰਿਹਾ। ਕਹਿਣ ਦਾ ਸਾਡਾ ਮਤਲਬ ਇਹ ਆ ਬਾਈ ਜੀ, ਦੇਖੋ ਹੁਣ ਤੱਕ ਜੋ ਕੁਛ ਚੱਲਦਾ ਰਿਹਾ ਆਹ ਸ਼ਰਮਾ ਜੀ ਖੜੇ ਨੇ, ਇੱਧਰ ਮੂਹਰੇ ਕਰੋ, ਬਲਾਕ ਪ੍ਰਧਾਨ ਨੇ, ਇੱਧਰ ਨਰਿੰਦਰ ਗਿੱਲ ਖੜੇ ਨੇ, ਇਹ ਵੀ ਉਹਨੂੰ ਪਿੱਛੇ ਮਾਰ ਪ੍ਰਧਾਨ ਨੇ, ਸਾਡੇ ਬਲਾਕ ਪ੍ਰਧਾਨ ਨੇ। ਕਹਿਣ ਦਾ ਮੇਰਾ ਮਤਲਬ ਇਹ ਆ ਵੀ ਜੋ ਕੁਛ ਪਹਿਲੀਆਂ ਸਰਕਾਰਾਂ ਚ ਜੋ ਕੁਛ ਕਰਪਟ ਕੰਮ ਚੱਲਦਾ ਸੀਗਾ ਅਸੀਂ ਟਾਈਮ ਤੋਂ ਟਾਈਮ ਆਹ ਬੰਦੇ ਫੜੇ ਨੇ। ਬਾਕੀ ਵੀਰੋ MLA ਤੱਕ ਉਹ ਖਬਰ ਚਲੇ ਗਈ ਆ, ਉਹ ਵੀ ਆ ਰਹੇ ਨੇ ਤੇ ਜੋ ਇਹ ਸਿਸਟਮ ਚੱਲ ਰਿਹਾ ਬਹੁਤ ਜ਼ਿਆਦਾ ਗੰਦਾ, ਸਰਕਾਰਾਂ ਨੂੰ ਘਾਟਾ ਜੋ ਵੀ ਪੈਂਦਾ ਉਹ ਤੁਹਾਡੇ ਸਾਹਮਣੇ ਆ, ਅਸੀਂ ਦਿਖਾਤਾ ਤੁਹਾਨੂੰ। ਬਾਈ ਆਪਣਾ ਨਾਂ ਦੱਸੋ ਪਹਿਲਾਂ ਤਾਂ ਆ ਜਾਓ, ਮੇਰਾ ਵੀਰੋ ਨੇ ਮਾਜੋ, ਕੋਈ ਗੱਲ ਨਹੀਂ, ਕੀ ਨਾਂ ਆਪਣਾ, ਕਿਹੜਾ ਪਿੰਡ ਆ, ਖੰਨੇ ਆ, ਆਪਾਂ ਕਿੰਨਾ ਕੁ ਟਾਈਮ ਹੋ ਗਿਆ ਕੰਮ ਕਰਦੇ, ਕਦੇ ਕਦੇ ਕਰਦੇ ਆ ਜੀ, PV11BU3688 ਇਹ ਗੱਡੀ ਆ, ਇਹਨਾਂ ਲੈ ਕੇ ਆਓ ਨਾ ਮੂਰੇ, ਇਧਰੋਂ ਆ ਬਾਈ ਜੀ, ਉਰੇ ਦੱਸੋ ਆ ਤੁਸੀਂ ਆਪਣਾ ਗੱਡੀ ਦਾ ਨੰਬਰ ਵੀ ਦੱਸੋ, ਇਧਰੋਂ ਕਰੋ ਯਾਰ, ਦੱਸੋ ਗੱਡੀ ਦਾ ਨੰਬਰ, ਗੱਡੀ ਦਾ ਨੰਬਰ ਤੁਹਾਡਾ ਕਿੰਨਾ, PV11BU3688 ਇਹ ਨੰਬਰ ਆ। ਅਸੀਂ ਕਈ ਦਿਨਾਂ ਤੋਂ ਇਹੀ ਪ੍ਰਚਾਰ ਕਰ ਰਹੇ ਸੀਗੇ, ਸਾਨੂੰ ਕਈ ਦਿਨਾਂ ਤੋਂ ਲੋਕਾਂ ਨੇ ਵੀ ਕਿਹਾ ਸੀ ਕਹਿੰਦੇ ਵੀ ਇੱਦਾਂ ਇੱਦਾਂ ਕਰਕੇ ਡੀਜ਼ਲ ਨਿਕਲ ਰਿਹਾ ਤੇ ਬਾਈ ਜੀ ਫਿਰ ਹੁਣ ਕਿਵੇਂ ਬਣੂਗਾ, ਹੁਣ ਤਾਲਾ ਮੇਰੇ ਕੋਲ ਆ, ਦੇਖ ਲੋ ਜੀ ਇਹ ਹਾਲ ਆ, ਪੇਸ਼ੈਂਟ ਫੜ ਲਿਆ ਸੀ, ਆ ਜਾਓ ਤੇ ਕੰਮ ਸੇ ਕੰਮ। ਮੈਂ ਤਾਂ ਇਹ ਸੋਚਦਾ ਵੀ ਅਸੀਂ ਕਿੱਥੋਂ ਕਿਹੜੀ ਆਜ਼ਾਦੀ ਦੇ ਵਿੱਚ ਫਿਰ ਰਹੇ ਹਾਂ, ਆਹ ਦੇਖ ਲਓ ਸਾਡੇ ਘਰਾਂ ਦੇ ਵਿੱਚ ਸਾਡੇ ਹੀ ਪਾੜ ਲਾਇਆ ਹੋਇਆ, ਲੱਖ ਲਾਂਤਾਂ ਨੇ ਯਾਰ। ਬਾਕੀ ਵੀਰੋ ਹੁਣ ਤੁਸੀਂ ਆਪਣੇ ਆਪ ਦੇਖ ਲਓ।